जालंधर के अर्बन एस्टेट फेज 2 में मोबाइल टावर को लेकर अर्बन एस्टेट सोसाइटी द्वारा विरोध किया गया। सोसाइटी के जनरल सेक्रेटरी ने आरोप लगाया कि एक घर पर अवैध रूप से मोबाइल टावर लगाया गया है, जिसकी शिकायत नगर निगम जालंधर JDA पुलिस कमिश्नर जालंधर को की गई है। इतना ही नहीं, जिस मकान की छत पर ये अवैध टावर लगाया गया है वह गैर कानूनी जगह है और कानून के मुताबिक रिहायशी इलाके में मोबाइल टावर नहीं लग सकता और मकान के मालिक के पास टावर लगाने के लिए कोई NOC नहीं है। जालंधर से राजीव धामी के साथ रवि कुमार की रिपोर्ट। रणवीर कुमार कौशल जी, जालंधर से जी। टावर लेके की इशू है, की परेशानी की है, कदों का चलता रहे? इस तरह 9/4/2023 ਵਾਲੀ ਇਹਦੀ ਕੰਪਲੇਂਟ ਲਿਖਾਈ ਹੈ ਕੋਟਾ ਡਿਪਾਰਟਮੈਂਟ ਦੇ ਵਿੱਚ, ਕਾਰਪੋਰੇਸ਼ਨ ਦਫ਼ਤਰ ਦੇ ਵਿੱਚ, ਆਪਣੇ ਕਮਿਸ਼ਨਰ ਸਾਹਿਬ ਨੂੰ ਦਿੱਤੀ ਹੈ, ਚੌਂਕੀ ਨੰਬਰ 7 ਦੇ ਵਿੱਚ ਵੀ ਦਿੱਤੀ ਹੈ ਅਤੇ ਉਹਨਾਂ ਵੱਲੋਂ ਇੱਥੇ ਵਾਲੀ ਅਜੇ ਤਾਈਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਹੁਣ ਵੀ ਅਸੀਂ SSO ਸਾਹਿਬ ਨੂੰ ਮਿਲ ਕੇ ਆਏ ਹਾਂ ਅਤੇ ਉਹਨਾਂ ਨੇ ਬੰਦੇ ਸਾਡੇ ਨਾਲ ਭੇਜੇ ਆ, ਵੈਰੀਫਿਕੇਸ਼ਨ ਕਰ ਰਹੇ ਆ ਅਤੇ NOC ਜਿਹੜਾ ਲੈਣਾ ਹੈ ਬਹੁਤ ਜ਼ਰੂਰੀ ਹੈ। ਐਕਚੁਅਲ 'ਚ ਕੀ ਮਤਲਬ, ਇਹਨਾਂ ਕੋਲ NOC ਨਹੀਂ ਹੈ ਜਾਂ ਰੈਜੀਡੈਂਸ਼ੀਅਲ ਏਰੀਆ 'ਚ ਟਾਵਰ ਲਾਣੇ ਚਾਹੀਦੇ? ਇਹ ਰੈਜੀਡੈਂਸ਼ੀਅਲ ਏਰੀਆ 'ਚ ਲਾ ਦਿੱਤਾ, ਠੀਕ ਹੈ, ਕਿਉਂਕਿ ਬੰਦਿਆਂ ਦੀ ਸਿਹਤ ਦੇ ਉੱਤੇ ਗੱਲ ਅਤੇ ਇਹਦੇ ਵਿੱਚ ਜਿਹੜੀ NOC ਹੈ ਕਿਹੜੇ ਡਿਪਾਰਟਮੈਂਟ ਦੀ ਲੈਣੀ ਜ਼ਰੂਰੀ ਹੁੰਦੀ ਹੈ? ਕਾਰਪੋਰੇਸ਼ਨ ਦਫ਼ਤਰ, ਤੁਹਾਡਾ ਡਿਪਾਰਟਮੈਂਟ, ਕਮਿਸ਼ਨਰ ਆਫ ਪੁਲਿਸ, ਕਮਿਸ਼ਨਰ ਆਫਿਸ ਦੀ ਲੈਣੀ ਜ਼ਰੂਰੀ। ਇੱਕ ਰੈਜੀਡੈਂਸ ਏਰੀਆ ਜਿਹੜਾ ਉਹਦੇ ਮਤਲਬ ਜਿਹੜਾ ਰੈਜੀਡੈਂਸ਼ੀਅਲ ਹੈ ਉਹਦੇ 'ਚ ਲੱਗ ਹੀ ਨਹੀਂ ਸਕਦਾ, ਲੱਗ ਨਹੀਂ ਉਹਦਾ, ਪ੍ਰੋਵੀਜ਼ਨ ਹੀ ਹੈ ਨਹੀਂ, ਠੀਕ ਹੈ। ਤਾਂ ਹੁਣ ਤੁਹਾਡੀ ਕੀ ਪ੍ਰਸ਼ਾਸਨ ਤੋਂ ਮੰਗ ਹੈ? ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹਨੂੰ ਡਿਸਮੈਂਟਲ ਕੀਤਾ ਜਾਵੇ, ਠੀਕ ਹੈ, ਠੀਕ ਨਾ। ਅਤੇ ਜੇ ਇਹਨਾਂ ਨੇ ਗੱਲ ਕੋਈ ਕਾਰ ਆਪਣੇ NOC ਲਿਆ ਹੈਗਾ, ਤੁਹਾਡਾ ਡਿਪਾਰਟਮੈਂਟ ਤੋਂ ਲਿਆ ਜਾਂ ਗਲੀ ਕਾਰਪੋਰੇਸ਼ਨ ਦਫ਼ਤਰ ਤੋਂ ਲਿਆ ਜਾਂ ਐਕਚੁਅਲੀ ਇੱਕ ਚੀਜ਼ ਹੋਰ ਸਾਹਮਣੇ ਆਈ ਹੈ ਕਿ ਜਿਹੜੀ ਜਗ੍ਹਾ ਦੇ ਉੱਤੇ ਛੱਤ ਦੇ ਉੱਤੇ ਟਾਵਰ ਲਗਾਇਆ ਗਿਆ ਉਹ ਇਨਕਰੋਚਮੈਂਟ ਦੱਸੀ ਜਾ ਰਹੀ ਹੈ, ਇਹ ਕਿੰਨੀ ਕੁ ਇਹਦੀ ਸੱਚਾਈ ਹੈ? ਬਿਲਕੁਲ ਸਹੀ ਹੈ, ਇਨਕਰੋਚਮੈਂਟ ਕੀਤੀ ਹੈ। ਓਕੇ, ਮਤਲਬ ਇਹ ਆਪਣੇ ਹੱਦ ਤੋਂ ਬਾਹਰ ਜਾ ਕੇ ਟਾਵਰ ਜਿਹੜਾ ਇਹਨਾਂ ਨੇ ਲਵਾਇਆ, ਬਾਹਰ ਜਾ ਕੇ ਟਾਵਰ ਲਾਇਆ, ਟਾਵਰ ਲਾਉਣ ਤੋਂ ਪਹਿਲਾਂ ਕਦੇ ਜਿਹੜੇ ਆਲੇ ਦੁਆਲੇ ਉਹਨਾਂ ਨੇ ਸੈਟਲਾਈਟ ਚਾਹੀਦੀ, ਠੀਕ ਹੈ, ਟਾਵਰ ਨੂੰ ਲੈ ਕੇ ਆਇਆ ਗਾ। ਉਹ ਇਹਨਾਂ ਦਾ ਝਗੜਾ ਆਪਸ ਵਿੱਚ ਹੋਇਆ, ਉਹ ਕਹਿੰਦੇ ਕਿਹੜੀ ਗੱਲੋਂ ਝਗੜਾ ਹੋਇਆ ਜੀ? ਇਹ ਉਹ ਕਹਿੰਦੇ ਮਨਜ਼ੂਰੀ ਵਿਖਾਓ। ਕਾਹਦੀ ਮਨਜ਼ੂਰੀ ਸਰ, ਕਿਹਾ ਉਹਨਾਂ? ਟਾਵਰ ਦੀ, ਇੱਧਰਲੀ ਪਾਰਟੀ ਕਹਿੰਦੀ ਹੈ ਟਾਵਰ ਦੀ ਮਨਜ਼ੂਰੀ ਚਾਹੀਦੀ ਹੈ ਸਾਨੂੰ। ਕਿਹੜਾ ਟਾਵਰ ਜੀ? ਪਤਾ ਨਹੀਂ ਹੁਣ ਕਿਹੜਾ ਸਾਨੂੰ ਟਾਵਰ, ਪਤਾ ਨਹੀਂ ਵਾਈਫਾਈ ਹੁੰਦਾ ਕਿਹੜਾ ਹੁੰਦਾ। ਅੱਛਾ, ਤੁਸੀਂ ਗਏ ਸੀਗੇ ਉਹਨਾਂ ਦੇ ਕੋਲ, ਉਹਨਾਂ ਕੋਲ ਕੋਈ NOC ਵਗੈਰਾ ਨਿਕਲੀ ਉਹਨਾਂ ਦੇ ਕੋਲ ਹੈਗੀ? ਉਹਨਾਂ ਉਹ ਕਹਿੰਦੇ ਅਸੀਂ ਪੇਸ਼ ਕਰਾਵਾਂਗੇ ਕਾਪੀਆਂ ਲਿਆ, ਫਿਲਹਾਲ ਮੌਕੇ ਦੀ 6 ਵਜੇ ਦਾ ਟਾਈਮ ਦੇ ਦਿੱਤਾ ਨਾ ਉਠਾਣੇ, ਨਹੀਂ ਮੌਕੇ ਦੀ ਉਹਨਾਂ ਨੇ ਕੁਛ ਨਹੀਂ ਦਿਖਾ ਪਾਇਆ, ਠੀਕ ਹੈ, ਮਤਲਬ ਮੌਕੇ ਦੇ ਉੱਤੇ ਕੁਛ ਨਹੀਂ ਨਿਕਲਿਆ, ਠੀਕ ਹੈ।